ਕਿ ਅਸੀਂ ਆਪਣੀ ਭੈਣ ਮਾਇਆਵਤੀ ਨੂੰ ਜਿਹੜਾ ਸਫ਼ਰ ਕਰਨਾ ਹੈ, ਸਾਰਿਆਂ ਦਾ ਇੱਕੋ ਹੀ ਸੰਦੇਸ਼ ਹੈ ਔਰ ਸਾਰਿਆਂ ਦੀ ਇਹੀ ਬੇਨਤੀ ਹੈ ਔਰ ਸਾਰਿਆਂ ਨੇ ਇਹੀ ਅਪਰਾਧ ਕਰਨਾ ਹੈ ਕਿ ਅਸੀਂ ਭੈਣ ਜੀ ਨੂੰ ਹੀ ਵੋਟ ਪਾਉਣੀ ਹੈ, PSP ਨੂੰ ਹੀ ਜਿਤਾਉਣਾ ਹੈ, PDA ਨੂੰ ਹੀ ਜਿਤਾਉਣਾ ਹੈ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਜੈ ਭੀਮ, ਜੈ ਭਾਰਤ। ਮੈਂ ਪੰਜਾਬ ਦੇ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ, ਅਪੀਲ ਕਰਦਾ ਹਾਂ, ਸ਼੍ਰੀ ਗੁਰੂ ਰਵਿਦਾਸ ਸਭਾ ਵੈਦਨਾ ਅਸਗਰੀਆ ਸਮਿਤੀ ਅਸਥਾਨ ਸੰਤ ਰਾਮਾਨੰਦ ਜੀ PSP ਸਪੋਰਟਰ ਵੈਦਨਾ ਅਸਗਰੀਆ ਤੋਂ, ਅਸੀਂ ਅੱਜ ਜਿੰਨੇ ਵੀ ਸਾਡੇ ਸਮੂਹ ਸੰਗਤ ਅੱਜ ਇਹ ਅਪੀਲ ਕਰ ਰਹੀ ਆ, ਸਾਰੇ ਜਿੱਥੇ ਜਿੱਥੇ ਵੀ ਪੰਜਾਬ ਵਿੱਚ, ਦੇਸ਼ ਭਰ ਵਿੱਚ ਸਾਡੇ ਇਹਨਾਂ ਸਾਰਿਆਂ ਦੇ ਰਿਸ਼ਤੇਦਾਰ ਦੇਖ ਰਹੇ ਹਨ, ਉਹਨਾਂ ਨੂੰ ਵੀ ਅਪੀਲ ਹੈ ਔਰ ਸਾਰੇ ਦੂਸਰੇ ਵੀ ਉਹਨਾਂ ਦੇ ਰਿਸ਼ਤੇਦਾਰ ਵੀ ਅੱਗੇ ਤੋਂ ਅੱਗੇ ਅਪੀਲ ਜ਼ਰੂਰ ਕਰਨ, ਜੋ ਪੰਜਾਬ ਵਿੱਚ 19 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੇ ਹਨ, ਜਿਸ ਵਿੱਚ PSP ਬਹੁਜਨ ਸਮਾਜ ਪਾਰਟੀ ਦਾ ਅਲਾਇੰਸ PDA ਨਾਲ ਹੈ, ਜਿੱਥੇ ਜਿੱਥੇ PDA ਦੇ ਉਮੀਦਵਾਰ ਲੋਕ ਸਭਾ ਦੇ ਖੜ੍ਹੇ ਹਨ ਉੱਥੇ ਸਾਡੇ ਜੋ ਬਹੁਜਨ ਸਮਾਜ ਦੇ ਸਾਥੀ ਹਨ ਉਹਨਾਂ ਨੇ ਉਹਨਾਂ ਨੂੰ ਵੋਟ ਪਾਉਣੀ ਹੈ, ਜਿੱਥੇ ਸਾਡੇ ਜਲੰਧਰ ਤੋਂ ਬਲਵਿੰਦਰ ਕੁਮਾਰ ਜੀ, ਅੰਬੇਡਕਰ ਜੀ ਖੜ੍ਹੇ ਹਨ ਲੋਕ ਸਭਾ ਦੇ, ਜਿਨ੍ਹਾਂ ਦਾ ਚੋਣ ਨਿਸ਼ਾਨ ਹਾਥੀ ਹੈ, ਔਰ ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਸ਼੍ਰੀ ਰਾਮ ਖੁਸ਼ੀ ਰਾਮ ਜੀ IAS ਹੈ, ਉਹਨਾਂ ਨੂੰ ਤੁਸੀਂ ਆਪਣੀ ਵੋਟ ਪਾਉਣੀ ਹੈ ਹਾਥੀ 'ਤੇ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਤੋਂ ਸ਼੍ਰੀ ਸਰਦਾਰ ਬਿਕਰਮ ਸੋਢੀ ਜੀ, ਉਹਨਾਂ ਨੂੰ ਹਾਥੀ 'ਤੇ ਵੋਟ ਪਾ ਕੇ, ਇਸੇ ਤਰ੍ਹਾਂ ਜਿਹੜੇ ਬਾਕੀ ਦੇ ਉਮੀਦਵਾਰ ਹਨ PDA ਦੇ ਉਹਨਾਂ ਨੂੰ ਵੋਟ ਪਾ ਕੇ, ਭੈਣ ਕੁਮਾਰੀ ਮਾਇਆਵਤੀ ਜੀ ਦੇ ਹੱਥ ਮਜ਼ਬੂਤ ਕਰਨੇ ਹਨ, ਜਿਵੇਂ ਕਿ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਨੇ ਕਿਹਾ ਸੀ ਕਿ ਸਾਨੂੰ ਆਪਣਾ ਰਾਜ ਲਿਆਉਣਾ ਚਾਹੀਦਾ ਹੈ, ਅਗਰ ਸਾਡਾ ਰਾਜ ਹੋਵੇਗਾ, ਜਿਸ ਤਰ੍ਹਾਂ ਅੱਜ ਅਲਵਰ ਵਿੱਚ, ਜੋਧਪੁਰ ਦੇ ਵਿੱਚ ਸਾਡੇ ਇੱਕ ਦਲਿਤ ਭੈਣ ਦੇ ਨਾਲ ਉਸਦੇ ਘਰ ਦੇ ਪਤੀ ਦੇ ਸਾਹਮਣੇ ਹੀ ਕਾਂਗਰਸ ਦੇ ਕੁਛ ਗੁੰਡਿਆਂ ਨੇ ਉਸਦਾ ਬਲਾਤਕਾਰ ਕੀਤਾ, ਜਿਵੇਂ ਕਿ ਸਾਡੀ ਰਾਸ਼ਟਰੀ ਪ੍ਰਧਾਨ ਸ਼੍ਰੀ ਭੈਣ ਕੁਮਾਰੀ ਮਾਇਆਵਤੀ ਜੀ ਨੇ ਵੀ ਇੱਕ ਪ੍ਰੈਸ ਨੋਟ ਵਿੱਚ ਦਿੱਤਾ ਹੈ, ਉਹਨਾਂ ਨੇ ਵੀ ਸਪੀਚ ਕੀਤੀ ਆ। ਇਸੇ ਤਰ੍ਹਾਂ ਉਹ ਇਹ ਦਰਿੰਦੇ ਜੋ ਹਨ, ਇਹ ਫਿਰ ਸਾਡੀਆਂ ਮਾਵਾਂ ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਕਰਨਗੇ, ਇਸ ਕਰਕੇ ਸਾਰੇ ਨੂੰ ਅਪੀਲ ਹੈ, OBC SP SC ਵਾਲਿਆਂ ਨੂੰ, ਸਾਰਿਆਂ ਨੂੰ ਰਲ ਮਿਲ ਕੇ ਅੱਜ ਪੰਜਾਬ ਦੇ ਵਿੱਚ ਜੋ ਸਾਡੀ ਲਹਿਰ ਚੱਲੀ ਹੈ ਬਹੁਜਨ ਸਮਾਜ ਪਾਰਟੀ ਦੀ, PDA ਦੀ, ਸਾਰਿਆਂ ਨੂੰ ਏਕਾ ਕਰਕੇ PDA ਅਤੇ PSP ਦੇ ਜੋ ਉਮੀਦਵਾਰ ਹਨ ਉਹਨਾਂ ਨੂੰ ਹਾਥੀ 'ਤੇ ਚੋਣ ਨਿਸ਼ਾਨ ਲਾ ਕੇ ਜ਼ਰੂਰ ਕਾਮਯਾਬ ਕਰਨਾ ਹੈ। ਨਾਲ ਹੀ ਅਪੀਲ ਕਰਦਾ ਹਾਂ ਕਿ ਇਹੀ ਹੀ ਸਾਡੇ ਕੋਲ ਮੌਕਾ ਹੈ, ਨਹੀਂ ਤਾਂ ਉਹ ਬਨੂਵਾਦੀ ਸਰਕਾਰ ਵਾਲੇ BJP ਔਰ ਕਾਂਗਰਸ ਨੇ ਸੰਵਿਧਾਨ ਬਦਲਣ ਦੀ ਪੂਰੀ ਤਿਆਰੀ ਕਰ ਲਈ ਹੈ, ਅਗਰ ਅਸੀਂ ਇਹ ਮੌਕਾ ਖਿਜਾ ਦਿੱਤਾ ਆਉਣ ਵਾਲੀਆਂ ਪੀੜ੍ਹੀਆਂ, ਸਾਡੇ ਬੱਚੇ ਸਾਨੂੰ ਮਾਫ਼ ਨਹੀਂ ਕਰਨੇ ਕਿ ਇੰਨਾ ਕਹਿੰਦਾ ਹੈ। ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ 19 ਤਰੀਕ ਨੂੰ ਜ਼ਰੂਰ ਹਾਥੀ 'ਤੇ ਮੋਹਰ ਲਾ ਕੇ PG ਦੇ ਉਮੀਦਵਾਰਾਂ ਦੇ ਜੁਦਾ ਜਿਹੜਾ ਜਿਹੜਾ ਚੋਣ ਨਿਸ਼ਾਨ ਹੈ ਜ਼ਰੂਰ ਉਹਨਾਂ ਨੂੰ ਕਾਮਯਾਬ ਕਰੋ। ਜੈ ਭੀਮ, ਜੈ ਭਾਰਤ, ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ।